ਪੰਜਾਬ ਟੀਵੀ ਵੇਖਣ ਵਾਲੇ ਸਾਰੇ ਹੀ ਸਰੋਤਿਆਂ ਨੂੰ ਗੁਰਦੀਪ ਸਿੰਘ ਸੰਧੂ ਹੋਮਿਓਪੈਥਿਕ ਕੰਸਲਟੈਂਟ ਵੱਲੋਂ ਬੜੇ ਹੀ ਪਿਆਰ ਅਤੇ ਸਤਿਕਾਰ ਨਾਲ ਸਤਿ ਸ਼੍ਰੀ ਅਕਾਲ। ਮੈਂ ਹਾਜ਼ਰ ਹਾਂ ਫਿਲੋਸਫੀ ਮੈਡੀਕਲ ਫਿਲੋਸਫੀ ਦੇ ਲੈਕਚਰ ਲੈ ਕੇ ਤੁਹਾਡੇ ਵਾਸਤੇ, ਜਿਹੜੇ ਸਿਧਾਂਤ ਅਨੁਸਾਰ ਅਸੀਂ ਸਿਲਸਿਲੇਵਾਰ ਤੁਹਾਡੇ ਵਾਸਤੇ ਪੇਸ਼ ਕਰਾਂਗੇ ਹਰ ਹਫ਼ਤੇ। ਇਸ ਪ੍ਰੋਗਰਾਮਾਂ ਦੇ ਵਿੱਚ ਆਮ ਤੌਰ 'ਤੇ ਮੈਡੀਕਲ ਫਿਲੋਸਫੀ ਨਾਲ ਸੰਬੰਧਿਤ ਉਹ ਸਿਧਾਂਤ ਹੋਣਗੇ ਜਿਹੜੇ ਹੁਣ ਤੱਕ ਵੈਰੀਫਾਈ ਹੋ ਚੁੱਕੇ ਨੇ ਮੈਡੀਕਲ ਸਾਇੰਸ ਦੇ ਵਿੱਚ, ਔਰ ਜਿਨ੍ਹਾਂ ਅਨੁਸਾਰ ਅਗਰ ਅਸੀਂ ਪ੍ਰੈਕਟਿਸ ਕਰਦੇ ਹੁੰਦੇ, ਜਿਨ੍ਹਾਂ ਅਨੁਸਾਰ ਅਗਰ ਸਾਡੀ ਮੈਡੀਕਲ ਸਾਇੰਸ ਚੱਲਦੀ ਹੁੰਦੀ, ਤਾਂ ਅੱਜ ਤੱਕ ਦੀਆਂ ਜਿੰਨੀਆਂ ਵੀ ਬਿਮਾਰੀਆਂ ਸਾਡੇ ਸਾਹਮਣੇ ਆ ਰਹੀਆਂ ਨੇ ਇਹ ਨਾ ਹੁੰਦੀਆਂ। ਕਿਉਂਕਿ ਮਨੁੱਖ ਜਦੋਂ ਪੈਦਾ ਹੋਇਆ ਹੈ, ਸਾਰੀਆਂ ਬਿਮਾਰੀਆਂ ਆਪਣੇ ਨਾਲ ਲੈ ਕੇ ਨਹੀਂ ਆਇਆ। ਬਹੁਤੀਆਂ ਸਾਰੀਆਂ ਬਿਮਾਰੀਆਂ ਐਕੁਆਇਰਡ ਬਿਮਾਰੀਆਂ ਨੇ, ਜਿਹੜੀਆਂ ਅਸੀਂ ਆਪ ਗ੍ਰਹਿਣ ਕੀਤੀਆਂ ਨੇ, ਜਿਹੜੀਆਂ ਸਾਡੇ ਸਰੀਰ ਦੇ ਵਿੱਚ ਆਈਆਂ ਸਾਡੇ ਜੰਮਣ ਤੋਂ ਬਾਅਦ ਨੇ। ਸ਼ੁਰੂਆਤੀ ਦੌਰ ਦੇ ਵਿੱਚ ਜਦੋਂ ਜੀਵਨ ਇਸ ਸੰਸਾਰ 'ਤੇ ਪੈਦਾ ਹੋਇਆ ਹੈ, ਉਸ ਵੇਲੇ ਇੰਨੀਆਂ ਬਿਮਾਰੀਆਂ ਨਹੀਂ ਸਨ। ਕੇਵਲ ਇੱਕ ਸੈਂਸਿਟਿਵਿਟੀ ਸੀ ਸਰੀਰ ਦੀ, ਇੱਕ ਸਰੀਰ ਦੀ ਮਹਿਸੂਸ ਕਰਨ ਦੀ ਸ਼ਕਤੀ ਸੀ ਕਿ ਉਹ ਸਰਦੀ ਨੂੰ ਸਰਦੀ ਮਹਿਸੂਸ ਕਰੇ, ਗਰਮੀ ਨੂੰ ਗਰਮੀ ਮਹਿਸੂਸ ਕਰੇ, ਠੰਡ ਨੂੰ ਠੰਡ ਅਤੇ ਗਰਮੀ ਨੂੰ ਗਰਮੀ ਮਹਿਸੂਸ ਕਰਨ ਵਾਲੀ ਇੱਕ ਨਾਰਮਲ ਸੈਂਸਿਟਿਵਿਟੀ ਸਰੀਰ ਦੇ ਵਿੱਚ ਸੀ। ਲੇਕਿਨ ਉਸ ਤੋਂ ਬਾਅਦ ਇੱਕ ਐਸਾ ਹਾਲਾਤ ਬਣਦਾ ਗਿਆ ਕਿ ਸਰਦੀ ਕਿਸੇ ਨੂੰ ਜ਼ਿਆਦਾ ਲੱਗਦੀ ਹੈ, ਕਿਸੇ ਨੂੰ ਘੱਟ, ਕਿਸੇ ਨੂੰ ਵੱਧ ਲੱਗਦੀ, ਕਿਸੇ ਨੂੰ ਘੱਟ, ਗਰਮੀ ਕਿਸੇ ਨੂੰ ਜ਼ਿਆਦਾ ਲੱਗਦੀ, ਕਿਸੇ ਨੂੰ ਘੱਟ। ਤੋ ਇਸ ਤਰ੍ਹਾਂ ਕਰਕੇ ਇਹ ਚੇਂਜਸ ਤਬਦੀਲੀਆਂ ਆਉਂਦੀਆਂ ਗਈਆਂ, ਔਰ ਇਹ ਚੇਂਜਸ ਤਬਦੀਲੀਆਂ ਆਉਣ ਦੇ ਪਿੱਛੇ ਕਾਰਨ ਕੀ ਸੀਗੇ? ਸਾਡਾ ਇਨਵਾਇਰਮੈਂਟ, ਸਾਡਾ ਖਾਣ ਪੀਣ, ਸਾਡਾ ਰਹਿਣ ਸਹਿਣ, ਇਹਨਾਂ ਸਾਰੀਆਂ ਗੱਲਾਂ ਨੇ ਸਾਡੀਆਂ ਵੱਧਦੀਆਂ ਬਿਮਾਰੀਆਂ ਦੀ ਲਿਸਟ ਵਿੱਚ ਬਹੁਤ ਵੱਡਾ ਯੋਗਦਾਨ ਪਾਇਆ ਹੈ। ਹੁਣ ਜਦੋਂ ਇਲਾਜਾਂ ਦੀ ਗੱਲ ਆਉਂਦੀ ਹੈ, ਤਾਂ ਉਸ ਵੇਲੇ ਸਾਡੇ ਸਾਹਮਣੇ ਆਉਂਦਾ ਹੈ ਕਿ ਕੀ ਜੋ ਇਲਾਜ ਅੱਜ ਕੱਲ੍ਹ ਚੱਲ ਰਹੇ ਨੇ ਉਹ ਪਰਫੈਕਟ ਨਹੀਂ ਹਨ। ਇੱਕ ਛੋਟਾ ਜਿਹਾ ਸਵਾਲ ਕੁਐਸਚਨ ਇਸ ਗੱਲ ਦਾ ਹੱਲ ਕਰਦਾ ਹੈ ਕਿ ਅਗਰ ਇਹ ਇਲਾਜ ਨਾਰਮਲ ਹਾਲਾਤ ਦੇ ਮੁਤਾਬਕ ਹੁੰਦੇ, ਨਾਰਮਲ ਸਿਧਾਂਤਾਂ ਦੇ ਮੁਤਾਬਕ ਹੁੰਦੇ, ਤਾਂ ਇੰਨੀਆਂ ਬਿਮਾਰੀਆਂ ਵਧਣੀਆਂ ਨਹੀਂ ਸਨ। ਜੇ ਬਿਮਾਰੀਆਂ ਵਧੀਆਂ ਨੇ, ਤਾਂ ਇਹਦਾ ਮਤਲਬ ਇਹ ਹੈ ਵੀ ਜੋ ਕੁਛ ਅਸੀਂ ਕਰ ਰਹੇ ਹਾਂ ਉਹ ਸਿਧਾਂਤਿਕ ਨਹੀਂ ਹੈ। ਥੋੜ੍ਹੀ ਜਿਹੀ ਵਿਆਖਿਆ ਸਿਧਾਂਤ ਦੀ ਕਰਨੀ ਚਾਹਾਂਗਾ। ਸਿਧਾਂਤ ਆਮ ਤੌਰ 'ਤੇ ਅਸੀਂ ਉਸ ਗੱਲ ਨੂੰ ਕਹਿੰਦੇ ਹਾਂ ਜਿਹੜੇ ਕਿਸੇ ਵੀ ਕੰਮ ਨੂੰ ਕਰਦਿਆਂ ਹੋਇਆਂ ਫੂਲ ਪਰੂਫ ਰਸਤਾ ਸਾਡੇ ਸਾਹਮਣੇ ਆ ਜਾਂਦਾ ਹੈ, ਕਿ ਕਿਸੇ ਵੀ ਕੰਮ ਨੂੰ ਕਰਨ ਸਮੇਂ ਇਹ ਇੱਕ ਫੂਲ ਪਰੂਫ ਰਸਤਾ ਆ ਗਿਆ ਕਿ ਇਹਦੇ ਉੱਪਰ ਚੱਲਣ ਨਾਲ ਇਹ ਕੰਮ ਇੰਨੇ ਸਮੇਂ ਦੇ ਵਿੱਚ ਬੜੇ ਪਰਫੈਕਟ ਤਰੀਕੇ ਨਾਲ ਹੋ ਸਕਦਾ ਹੈ ਔਰ ਇਹਦੇ ਵਿੱਚ ਕਾਮਯਾਬੀ ਹੋਏਗੀ। ਦੂਸਰੀ ਗੱਲ, ਸਿਧਾਂਤ ਅਸੀਂ ਰੋਜ਼ਾਨਾ ਬਣਾਉਂਦੇ ਹਾਂ ਹਰ ਜ਼ਿੰਦਗੀ ਦੇ ਸ਼ੋਭੇ ਵਿੱਚ, ਉਸੇ ਤਰ੍ਹਾਂ ਹੀ ਮੈਡੀਕਲ ਸਾਇੰਸ ਦੇ ਵਿੱਚ ਵੀ ਰੋਜ਼ਾਨਾ ਸਿਧਾਂਤ ਬਣਦੇ ਨੇ, ਅਤੇ ਆਉਣ ਵਾਲੇ ਦਿਨਾਂ ਵਿੱਚ ਅਸੀਂ ਉਸੇ ਹੀ ਸਿਧਾਂਤ ਨੂੰ ਫਿਰ ਨਕਾਰ ਦਿੰਦੇ ਹਾਂ। ਕਿਉਂਕਿ ਸਿਧਾਂਤ ਅਸੀਂ ਜਿਹੜੇ ਵੀ ਬਣਾ ਰਹੇ ਹਾਂ ਉਹ ਆਪਣੀ ਲੋੜ ਅਨੁਸਾਰ, ਆਪਣੇ ਹਾਲਾਤ ਅਨੁਸਾਰ, ਵਕਤੀ ਤੌਰ 'ਤੇ ਬਣਾ ਰਹੇ ਹਾਂ। ਪਰ ਸਿਧਾਂਤ ਉਹ ਪਰਫੈਕਟ ਨੇ ਜਿਹੜੇ ਕੁਦਰਤ ਅਨੁਸਾਰ ਚੱਲਦੇ ਨੇ, ਅਤੇ ਜਿਹੜੇ ਸਿਧਾਂਤ ਕੁਦਰਤ ਅਨੁਸਾਰ ਚੱਲਦੇ ਨੇ ਉਹ ਕਦੇ ਫੇਲ ਨਹੀਂ ਹੁੰਦੇ। ਕਿਉਂਕਿ ਯੂਨੀਵਰਸ, ਕੁਦਰਤ ਨੇ ਕਦੇ ਆਪਣੇ ਨਿਯਮ ਬਦਲੇ ਨਹੀਂ। ਸਾਡੇ ਹਾਲਾਤ ਹਮੇਸ਼ਾ ਬਦਲਦੇ ਆਏ ਨੇ, ਪਰ ਨਿਯਮ ਬਦਲੇ ਨਹੀਂ। ਸੂਰਜ ਹਮੇਸ਼ਾ ਪੂਰਬ ਵਿੱਚੋਂ ਨਿਕਲਦਾ ਹੈ ਅਤੇ ਪੂਰਬ ਵਿੱਚੋਂ ਨਿਕਲਦਾ ਆਇਆ ਹੈ, ਪੱਛਮ ਵਿੱਚ ਛਿਪਦਾ ਹੈ ਅਤੇ ਪੱਛਮ ਵਿੱਚ ਛਿਪਦਾ ਆਇਆ ਹੈ। ਇਹ ਇੱਕ ਨਾਰਮਲ ਹਾਲਾਤ ਹੈ ਜਿਹੜਾ ਬਦਲਿਆ ਨਹੀਂ, ਔਰ ਇਹ ਕਹਿ ਸਕਦੇ ਹਾਂ ਕਿ ਸਿਧਾਂਤ ਉਹੀ ਪਰਫੈਕਟ ਨੇ ਜਿਹੜੇ ਯੂਨੀਵਰਸਲ ਨੇ, ਜਿਹੜੇ ਬਦਲਦੇ ਨਹੀਂ। ਪਰ ਮੈਡੀਕਲ ਸਾਇੰਸ ਕਹਿ ਲਓ ਜਾਂ ਜ਼ਿੰਦਗੀ ਦਾ ਕੋਈ ਵੀ ਸ਼ੋਭਾ ਕਹਿ ਲਓ, ਜਿੰਨੀਆਂ ਵੀ ਸਾਇੰਸ ਇਸ ਵੇਲੇ ਚੱਲਦੀਆਂ ਨੇ, ਉਹਨਾਂ ਸਾਰੀਆਂ ਦੇ ਸਿਧਾਂਤ ਨਿੱਤ ਦਿਨ ਬਦਲਦੇ ਆ ਰਹੇ ਨੇ, ਔਰ ਇਸੇ ਕਰਕੇ ਇੱਕ ਬਹੁਤ ਵੱਡਾ ਖਲਾਅ ਪੈਦਾ ਹੋ ਗਿਆ, ਗੈਪ ਪੈਦਾ ਹੋ ਗਿਆ, ਔਰ ਉਸ ਗੈਪ ਦੇ ਕਰਕੇ ਅਸੀਂ ਨਿੱਤ ਦਿਨ ਉਲਝੇ ਹੋਏ, ਨਵੇਂ ਤੋਂ ਨਵੇਂ ਸਿਧਾਂਤ ਸਿਰਜਦੇ ਜਾ ਰਹੇ ਹਾਂ, ਔਰ ਨਵੇਂ ਤੋਂ ਨਵੇਂ ਸਿਰਜਦੇ ਹੋਏ ਸਿਧਾਂਤ ਜਿਹੜੇ ਆਉਣ ਵਾਲੇ ਸਮੇਂ ਦੇ ਵਿੱਚ ਫੇਲ ਹੁੰਦੇ ਜਾ ਰਹੇ ਨੇ, ਔਰ ਅਸੀਂ ਫਿਰ ਨਵੇਂ ਸਿਧਾਂਤ ਖੋਜਣ ਵਾਸਤੇ ਹੋਰ ਪਾਸੇ ਤੁਰ ਪੈਂਦੇ ਹਾਂ। ਇਸ ਕਰਕੇ ਇਹ ਪ੍ਰੋਗਰਾਮ ਜਿਹੜੇ ਤੁਹਾਡੇ ਸਾਹਮਣੇ ਗਲੋਬਲ ਪੰਜਾਬ ਟੀਵੀ ਦੇ ਉੱਪਰ ਪੇਸ਼ ਕੀਤੇ ਜਾਣਗੇ, ਲਗਾਤਾਰ ਇੱਕ ਲੜੀਵਾਰ ਪ੍ਰੋਗਰਾਮ ਹੋਣਗੇ। ਮੈਨੂੰ ਇਹ ਦੱਸਣ ਵਿੱਚ ਇੱਕ ਮਾਣ ਮਹਿਸੂਸ ਹੋ ਰਿਹਾ ਹੈ, ਮੇਰਾ ਹੱਕ ਵੀ ਇਹ ਕਹਿਣਾ ਕਿ ਪੰਜਾਬ ਦੇ ਵਿੱਚ ਹੋਮਿਓਪੈਥਿਕ ਮੈਡੀਕਲ ਕਾਲਜਾਂ ਦੀ ਸ਼ੁਰੂਆਤ ਕਰਨ ਵਾਲਾ ਮੈਂ ਪਹਿਲਾ ਆਦਮੀ ਹਾਂ। ਮੈਂ ਪਹਿਲਾ ਲੈਕਚਰ ਹਾਂ ਪੰਜਾਬ ਹੋਮਿਓਪੈਥਿਕ ਮੈਡੀਕਲ ਕਾਲਜ ਚੰਡੀਗੜ੍ਹ ਦਾ। 1974 ਵਿੱਚ ਪਹਿਲਾ ਕਾਲਜ ਸ਼ੁਰੂ ਕੀਤਾ ਗਿਆ ਸੀ ਔਰ ਮੈਂ ਉਸ ਕਾਲਜ ਦਾ ਪਹਿਲਾ ਲੈਕਚਰ ਸੀ। ਤਕਰੀਬਨ 1973 ਤੋਂ ਲੈ ਕੇ 1995 ਤੱਕ ਪੰਜਾਬ ਦੇ ਹੋਮਿਓਪੈਥਿਕ ਮੈਡੀਕਲ ਕਾਲਜਾਂ ਵਿੱਚ ਪ੍ਰੋਫੈਸਰ, ਪ੍ਰਿੰਸੀਪਲ ਅਤੇ ਚੀਫ ਮੈਡੀਕਲ ਅਫੀਸਰ ਦੀਆਂ ਸੇਵਾਵਾਂ ਨਿਭਾਉਣ ਤੋਂ ਬਾਅਦ 1996 ਤੋਂ ਅਮੈਰੀਕਾ ਦੇ ਵਿੱਚ ਹਾਂ ਔਰ 1996 ਤੋਂ ਹੀ ਰੇਡੀਓ ਅਤੇ ਟੀ ਵੀ ਦੇ ਮਾਧਿਅਮ ਰਾਹੀਂ ਤੁਹਾਡੇ ਸਾਰਿਆਂ ਦੇ ਨਾਲ ਜੁੜਿਆ ਹੋਇਆ ਹਾਂ।
ਅਤੇ ਮਕਸਦ ਮੇਰਾ ਕੇਵਲ ਇਹ ਕੀ ਹੈ ਕਿ ਮੈਂ ਤੁਹਾਨੂੰ ਮੈਡੀਕਲ ਦੇ ਉਹਨਾਂ ਸਿਧਾਂਤਾਂ ਤੋਂ ਜਾਣੂ ਕਰਵਾ ਸਕਾਂ ਜਿਹੜੇ ਫੂਲ ਪਰੂਫ ਸਿਧਾਂਤ ਨੇ। ਅਗਰ ਤੁਸੀਂ ਉਹਨਾਂ ਸਿਧਾਂਤਾਂ ਨੂੰ ਅਪਣਾਉਂਦੇ ਹੋ ਤਾਂ ਤੁਸੀਂ ਜ਼ਿੰਦਗੀ ਦੇ ਵਿੱਚ ਇੰਨੀਆਂ ਸਾਰੀਆਂ ਬਿਮਾਰੀਆਂ ਨਾਲ ਗ੍ਰਸਤ ਨਹੀਂ ਹੋ ਸਕਦੇ, ਕਿਉਂਕਿ ਹਰ ਦਿਨ ਬਿਮਾਰੀਆਂ ਦੀ ਫਹਿਰਿਸਤ ਇੰਨੀ ਜ਼ਿਆਦਾ ਵੱਡੀ ਹੁੰਦੀ ਜਾ ਰਹੀ ਹੈ, ਇੰਨੀ ਜ਼ਿਆਦਾ ਲੰਬੀ ਹੁੰਦੀ ਜਾ ਰਹੀ ਹੈ ਕਿ ਡਾਕਟਰਾਂ ਨੂੰ ਵੀ ਉਹਦਾ ਨਾਂ ਰੱਖਣ ਸਮੇਂ ਡਿਕਸ਼ਨਰੀ ਫਰੋਲਣੀ ਪੈਂਦੀ ਕਿ ਇਹਦਾ ਨਾਂ ਕੀ ਹੋ ਸਕਦਾ ਹੈ। ਕਈ ਵਾਰ ਦੋ ਦੋ ਤਿੰਨ ਤਿੰਨ ਬਿਮਾਰੀਆਂ ਦੇ ਨਾਂ ਇਕੱਠੇ ਜੋੜ ਕੇ ਰੱਖੇ ਜਾ ਰਹੇ ਨੇ, ਕਿਉਂਕਿ ਬਿਮਾਰੀਆਂ ਦੀ ਲਿਸਟ ਇੰਨੀ ਲੰਬੀ ਹੁੰਦੀ ਜਾ ਰਹੀ ਹੈ। ਪਰ ਜਦੋਂ ਕੋਈ ਤਾਣੀ ਉਲਝ ਜਾਂਦੀ ਹੈ, ਤੁਸੀਂ ਆਮ ਸਾਰੇ ਸਿਆਣੇ ਹੋ, ਸਮਝਦਾਰ ਹੋ ਕਿ ਜਦੋਂ ਕੋਈ ਤਾਣੀ ਉਲਝ ਜਾਂਦੀ ਹੈ ਉਦੋਂ ਫਿਰ ਉਹਦਾ ਇੱਕ ਇੱਕ ਤੰਦ ਕਰਕੇ ਉਸ ਨੂੰ ਸੁਲਝਾਇਆ ਜਾ ਸਕਦਾ ਹੈ। ਸਮਾਂ ਜ਼ਰੂਰ ਲੱਗਦਾ ਹੈ, ਸੁਲਝਾਇਆ ਜ਼ਰੂਰ ਜਾ ਸਕਦਾ ਹੈ, ਪਰ ਇੱਕ ਸਿਧਾਂਤ ਹੋਵੇਗਾ ਉਹਦਾ, ਔਰ ਉਹ ਸਿਧਾਂਤ ਦੀ ਲੜੀ ਫੜ ਕੇ, ਸਿਧਾਂਤ ਦਾ ਸਿਰਾ ਫੜ ਕੇ ਅਸੀਂ ਇੱਕ ਇੱਕ ਤੰਦ ਨੂੰ ਕੱਢਦੇ ਹੋਇਆਂ ਉਸ ਸਾਰੀ ਉਲਝੀ ਹੋਈ ਤਾਣੀ ਨੂੰ ਸੂਤ ਕਰ ਸਕਦੇ ਹਾਂ। ਐਸੀ ਕੋਈ ਗੱਲ ਨਹੀਂ ਕਿ ਅੱਜ ਦੀਆਂ ਵਧੀਆਂ ਹੋਈਆਂ ਨਹੀਂ ਬਿਮਾਰੀਆਂ, ਵੱਡੇ ਵੱਡੇ ਨਾਂ ਏਡਸ ਵਰਗੇ, ਕੈਂਸਰ ਵਰਗੇ ਸਾਡੇ ਸਾਹਮਣੇ ਆ ਰਹੇ ਨੇ, ਸੋਰਾਈਸਿਸ ਵਰਗੇ ਸਾਡੇ ਸਾਹਮਣੇ ਆ ਰਹੇ ਨੇ, ਅਤੇ ਕੀ ਇਹ ਠੀਕ ਨਹੀਂ ਹੋ ਸਕਦੇ? ਫਰਕ ਸਿਰਫ ਇੰਨਾ ਹੀ ਹੈ ਕਿ ਅਸੀਂ ਸਿਧਾਂਤ ਤੋਂ ਲਾਂਭੇ ਜਾ ਕੇ ਹਿੱਟ ਐਂਡ ਟ੍ਰਾਇਲ ਮੈਥਡ ਨਾਲ ਇਹਨਾਂ ਦਾ ਇਲਾਜ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ। ਅਤੇ ਹਿੱਟ ਐਂਡ ਟ੍ਰਾਇਲ ਮੈਥਡ ਅੱਜ ਵਕਤ ਤੌਰ 'ਤੇ ਕਾਮਯਾਬ ਹੋ ਸਕਦਾ ਹੈ, ਆਉਣ ਵਾਲੇ ਸਮੇਂ ਦੇ ਵਿੱਚ ਫਿਰ ਉਹ ਫੇਲ ਹੋ ਜਾਏਗਾ, ਕਿਉਂਕਿ ਅਸਾਂ ਜਿਸ ਚੀਜ਼ ਦੀ ਸ਼ੁਰੂਆਤ ਹੀ ਨਹੀਂ ਜਾਣੀ, ਉਸ ਚੀਜ਼ ਨੂੰ ਕੁਰੈਕਟ ਕਰਨ ਦਾ ਜਾਂ ਉਸ ਚੀਜ਼ ਦੇ ਸਿਰੇ ਨਤੀਜੇ 'ਤੇ ਪਹੁੰਚਣ ਦਾ ਦਾਅਵਾ ਅਸੀਂ ਕਿਵੇਂ ਕਰ ਸਕਦੇ ਹਾਂ? ਤਾਂ ਇਸ ਕਰਕੇ ਪਹਿਲਾਂ ਬਿਮਾਰੀਆਂ ਦੀ ਸ਼ੁਰੂਆਤ ਜਾਣਨ ਦੀ ਜ਼ਰੂਰਤ ਹੈ, ਸਿਧਾਂਤ ਨੂੰ ਜਾਣਨ ਦੀ ਜ਼ਰੂਰਤ ਹੈ, ਅਤੇ ਜੇ ਅਸੀਂ ਸਿਧਾਂਤ ਨੂੰ ਪੂਰੀ ਤਰ੍ਹਾਂ ਜਾਣ ਲਿਆ ਉਸ ਤੋਂ ਬਾਅਦ ਅਸੀਂ ਇਹਨਾਂ ਦਾ ਹੱਲ ਕਰਨ ਦਾ ਦਾਅਵਾ ਵੀ ਕਰ ਸਕਾਂਗੇ। ਅਸੀਂ ਸਿਧਾਂਤ ਨੂੰ ਪਰਫੈਕਟ ਫੂਲ ਪਰੂਫ ਤਰੀਕਾ ਆਖਿਆ, ਔਰ ਫੂਲ ਪਰੂਫ ਤਰੀਕਾ ਸਾਡੇ ਮੁਤਾਬਕ ਨਹੀਂ ਕਿ ਅੱਜ ਅਸੀਂ ਕਿਸੇ ਚੀਜ਼ ਨੂੰ ਠੀਕ ਕਰੀਏ ਅਤੇ ਕੱਲ੍ਹ ਨੂੰ ਆਉਣ ਵਾਲੇ ਸਮੇਂ ਵਿੱਚ ਫਿਰ ਉਹ ਫੇਲ ਹੋ ਜਾਵੇ। ਫੂਲ ਪਰੂਫ ਤਰੀਕਾ ਅਸੀਂ ਉਸ ਨੂੰ ਕਹਿੰਦੇ ਹਾਂ ਜਿਹੜਾ ਨੇਚਰ ਦੇ ਅਨੁਸਾਰ ਚੱਲੇ, ਜਿਹੜਾ ਕਦੇ ਬਦਲੇ ਨਾ, ਅਤੇ ਨੇਚਰ ਅਸੀਂ ਕਹਿੰਦੇ ਹੀ ਉਸ ਨੂੰ ਜਿਹੜਾ ਬਦਲਦਾ ਨਹੀਂ, ਜੋ ਨਹੀਂ ਬਦਲਿਆ ਉਹ ਨੈਚੁਰਲ ਅਸੂਲ ਹੈ, ਅਤੇ ਉਸ ਨੈਚੁਰਲ ਅਸੂਲ ਦੇ ਮੁਤਾਬਕ ਸਾਨੂੰ ਸਭ ਤੋਂ ਪਹਿਲਾਂ ਤਾਂ ਸਾਡੇ ਸਾਹਮਣੇ ਕਿਸੇ ਵੀ ਸਿਧਾਂਤ ਨੂੰ ਸਾਬਤ ਕਰਨ ਵਾਸਤੇ ਕਿਸੇ ਪਿੰਡ ਦੀ ਜ਼ਰੂਰਤ ਹੁੰਦੀ, ਕਿਸੇ ਪਦਾਰਥ ਦੀ ਜ਼ਰੂਰਤ ਹੁੰਦੀ ਹੈ, ਔਰ ਸਾਡੇ ਸਾਹਮਣੇ ਮੈਡੀਕਲ ਸਾਇੰਸ ਦੇ ਵਿੱਚ ਪਦਾਰਥ ਕੀ ਹੈ? ਇਹ ਸਰੀਰ। ਇਸ ਸਰੀਰ ਦੀ ਬਣਤਰ ਕੀ ਹੈ? ਇਸ ਸਰੀਰ ਦੀ ਰਚਨਾ ਕੀ ਹੈ? ਇਸ ਸਰੀਰ ਦੀ ਫੰਕਸ਼ਨਿੰਗ ਕੀ ਹੈ? ਇਹ ਚੱਲਦਾ ਕਿਵੇਂ ਹੈ? ਇਸ ਜੀ ਦੇ ਵਿੱਚ ਜਿਹੜਾ ਜੀਵਨ ਵਿਕਸਿਤ ਹੋ ਰਿਹਾ ਆ, ਜੀਵਨ ਪ੍ਰਫੁੱਲਤ ਹੋ ਰਿਹਾ ਆ, ਉਹ ਜੀਵਨ ਕਿੱਥੋਂ ਪੈਦਾ ਹੁੰਦਾ ਅਤੇ ਕਿਵੇਂ ਚੱਲਦਾ? ਕਿਉਂਕਿ ਜੀਵਨ ਦੇ ਵਿੱਚ ਹੀ ਤਾਂ ਬਿਮਾਰੀਆਂ ਆਈਆਂ ਨੇ ਨਾ। ਡੈੱਡ ਬੋਡੀ ਨੂੰ ਕਦੇ ਕੋਈ ਨਮੂਨੀਆ ਨਹੀਂ ਹੁੰਦਾ, ਕਦੇ ਕੋਈ ਕੈਂਸਰ ਨਹੀਂ ਹੁੰਦਾ, ਜੀਵਨ ਦੇ ਵਿੱਚ ਹੀ ਸਾਨੂੰ ਇਹ ਬਿਮਾਰੀਆਂ ਹੁੰਦੀਆਂ ਨੇ, ਅਤੇ ਇਹਦਾ ਮਤਲਬ ਹੈ ਵੀ ਜੀਵਨ ਦੇ ਵਿੱਚ ਕਿਸੇ ਨਾ ਕਿਸੇ ਥਾਂ 'ਤੇ ਤਾਂ ਕੋਈ ਰਲਾਵਟ, ਕੋਈ ਮਿਲਾਵਟ ਆਈ ਹੈ ਨਾ, ਜਿਸ ਕਰਕੇ ਇਹ ਸਾਰੀਆਂ ਬਿਮਾਰੀਆਂ ਪੈਦਾ ਹੋ ਰਹੀਆਂ ਨੇ। ਤੋ ਇਸ ਕਰਕੇ ਇਹ ਸਰੀਰ, ਇਹ ਪਿੰਡ, ਇਹਦੇ ਸਿਧਾਂਤ ਨੂੰ ਜਾਣਨ ਦੀ ਜ਼ਰੂਰਤ ਹੈ, ਇਹਦੇ ਸਟਰਕਚਰ, ਇਹਦੇ ਫੰਕਸ਼ਨ ਨੂੰ ਜਾਣਨ ਦੀ ਜ਼ਰੂਰਤ ਹੈ। ਇਨਸਾਨ ਚੰਦ ਤਾਰਿਆਂ ਤੱਕ ਪਹੁੰਚ ਗਿਆ ਔਰ ਚੰਦ ਤਾਰਿਆਂ ਦੀ ਖੋਜ ਕਰਨੀ ਸ਼ੁਰੂ ਕਰ ਦਿੱਤੀ, ਪਰ ਅਫਸੋਸ ਇਹ ਹੈ ਕਿ ਇਹ ਸਾਡਾ ਸਰੀਰ ਜਿਹਦੇ ਰਾਹੀਂ ਅਸੀਂ ਚੰਦ ਤਾਰਿਆਂ ਦੀ ਖੋਜ ਕਰ ਲਈ ਹੈ, ਅਸੀਂ ਇਹਦੇ ਵਾਸਤੇ ਬਹੁਤੀ ਤਵੱਜੋ ਨਹੀਂ ਦਿੱਤੀ। ਹਮੇਸ਼ਾ ਹਿੱਟ ਐਂਡ ਟ੍ਰਾਇਲ ਮੈਥਡ ਤੋਂ ਹੀ ਅਸੀਂ ਗੁਜ਼ਾਰਾ ਕੀਤਾ, ਹਿੱਟ ਐਂਡ ਟ੍ਰਾਇਲ ਮੈਥਡ ਦੇ ਨਾਲ ਹੀ ਅਸੀਂ ਹੁਣ ਤੱਕ ਚੱਲਦੇ ਆਏ ਹਾਂ, ਔਰ ਇਸ ਹਿੱਟ ਐਂਡ ਟ੍ਰਾਇਲ ਮੈਥਡ ਦੇ ਨਾਲ ਚੱਲਦਿਆਂ ਹੋਇਆਂ ਅਸੀਂ ਹੁਣ ਤੱਕ ਫੇਲੀਅਰ ਹੀ ਸਾਡੇ ਪੱਲੇ ਪੈਂਦੇ ਆਏ ਨੇ, ਔਰ ਬਿਮਾਰੀਆਂ ਦੀ ਲਿਸਟ ਲੰਬੀ ਵੱਧਦੀ ਆਈ ਹੈ। ਇਸ ਕਰਕੇ ਬਹੁਤਾ ਜ਼ਰੂਰੀ ਇਹ ਹੈ ਕਿ ਅਸੀਂ ਸਭ ਤੋਂ ਪਹਿਲਾਂ ਇਸ ਸਰੀਰ ਬਾਰੇ ਜਾਣਕਾਰੀ ਕਰੀਏ, ਔਰ ਇਸ ਸਰੀਰ ਦੀ ਜਾਣਕਾਰੀ ਕਰਕੇ ਉਸ ਤੋਂ ਬਾਅਦ ਅਸੀਂ ਇਹਦੇ ਨਿਵਾਰਨ ਦਾ ਤਰੀਕਾ ਲੱਭ ਸਕਦੇ ਹਾਂ, ਇਹਦੇ ਵਿੱਚ ਆਉਂਦੀਆਂ ਪੇਚੀਦਗੀਆਂ ਦਾ ਤਰੀਕਾਕਾਰ ਅਸੀਂ ਲੱਭ ਸਕਦੇ ਹਾਂ, ਔਰ ਇਹਨਾਂ ਪੇਚੀਦਗੀਆਂ ਦਾ ਤਰੀਕਾਕਾਰ ਪਰਫੈਕਟ ਤਾਂ ਹੀ ਹੋ ਸਕਦਾ ਹੈ ਅਤੇ ਅਸੀਂ ਦਾਅਵਾ ਕਰ ਸਕਦੇ ਹਾਂ ਜੇ ਅਸੀਂ ਇਹਨੂੰ ਬੇਸਿਕ ਤੌਰ 'ਤੇ ਜਾਣਿਆ ਹੋਵੇਗਾ, ਔਰ ਅਗਰ ਅਸੀਂ ਜਾਣਿਆ ਨਹੀਂ ਤਾਂ ਫਿਰ ਤੁਸੀਂ ਸਮਝ ਕਰ ਲਓ ਵੀ ਅਸੀਂ ਜੋ ਵੀ ਕੁਛ ਕਰ ਰਹੇ ਹਾਂ ਇੱਕ ਹਨੇਰੇ ਵਿੱਚ ਹੱਥ ਮਾਰਨ ਵਾਲੀ ਗੱਲ ਕਰ ਰਹੇ ਹਾਂ ਕਿ ਸਾਡੇ ਪੱਲੇ ਕੁਛ ਪੈ ਜਾਵੇਗਾ। ਹਨੇਰੇ ਵਿੱਚ ਹੱਥ ਮਾਰਿਆ ਕੁਛ ਵੀ ਪੱਲੇ ਨਹੀਂ ਪੈਣਾ, ਜੋ ਕੁਛ ਹੁਣ ਤੱਕ ਮੈਡੀਕਲ ਸਾਇੰਸ ਦੇ ਵਿੱਚ ਐਡਾ ਵੱਡਾ ਅਡੰਬਰ ਰਚਿਆ ਗਿਆ, ਇੰਨੇ ਵੱਡੇ ਟੈਸਟ, ਇੰਨੀਆਂ ਵੱਡੀਆਂ ਮਸ਼ੀਨਾਂ, ਇੰਨੀ ਵੱਡੀ ਕਾਰਕਰਦਗੀ, ਇੰਨੀਆਂ ਵੱਡੀਆਂ ਲੈਬਾਂ ਸਾਡੇ ਸਾਹਮਣੇ ਆ ਗਈਆਂ ਨੇ, ਔਰ ਅਸੀਂ ਹੁਣ ਉਸ ਨੂੰ ਚੈਲੰਜ ਕਰਨ ਦਾ ਹੌਸਲਾ ਹੀ ਨਹੀਂ ਕਰ ਰਹੇ, ਕਿਉਂਕਿ ਬਹੁਤ ਵੱਡਾ ਡੰਬਰ ਰਚ ਕੇ ਸਾਡੇ ਸਾਹਮਣੇ ਇੱਕ ਬੈਕਟੀਰੀਆ ਇੱਕ ਜਰਾਸੀਮ ਲਿਆ ਕੇ ਖੜ੍ਹਾ ਕਰ ਦਿੱਤਾ ਜਾਂਦਾ ਹੈ ਕਿ ਵੇਖੋ ਭਾਈ ਆਹ ਬੈਕਟੀਰੀਆ ਹੈ ਤੁਹਾਡੀ ਬਿਮਾਰੀ ਦਾ, ਔਰ ਫਿਰ ਉਸ ਨੂੰ ਕਿਲ ਕਰਨ ਦਾ ਕੋਸ਼ਿਸ਼ ਕੀਤੀ ਜਾਂਦੀ ਹੈ।
ਬਾਈ ਹੁੱਕ ਔਰ ਕਰੁੱਕ ਕਿਸੇ ਨਾ ਕਿਸੇ ਤਰੀਕਾਕਾਰ ਦੇ ਰਾਹੀਂ ਉਸ ਬੈਕਟੀਰੀਆ ਨੂੰ ਖਤਮ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਪਰ ਇਹ ਨਹੀਂ ਸੋਚਿਆ ਜਾ ਰਿਹਾ ਕਿ ਭਾਈ ਇਹ ਜਰਾਸੀਮ ਇੱਥੇ ਪੈਦਾ ਕਿਉਂ ਹੋਇਆ। ਅੱਜ ਅਸੀਂ ਇਸ ਜਰਾਸੀਮ ਨੂੰ ਮਾਰ ਰਹੇ ਹਾਂ ਅਤੇ ਕੱਲ੍ਹ ਕੀ ਉਹ ਦੁਬਾਰਾ ਪੈਦਾ ਨਹੀਂ ਹੋ ਸਕਦਾ। ਲੋਕ ਕਹਿੰਦੇ ਆ ਕਮਲੇ ਨੂੰ ਨਾ ਮਾਰੋ, ਕਮਲੇ ਦੀ ਮਾਂ ਨੂੰ ਮਾਰੋ, ਮਾਂ ਨੂੰ ਮਾਰੋ ਤਾਂ ਕਿ ਇਹੋ ਜਿਹੇ ਹੋਰ ਕਮਲੇ ਨਾ ਹੋ ਜੰਮੇ। ਇਸ ਸਿਧਾਂਤ ਅਨੁਸਾਰ ਜਿਹੜਾ ਫੂਲ ਪਰੂਫ ਹੈਗਾ ਤਾਂ ਕਿ ਹੋਰ ਇਸ ਤਰ੍ਹਾਂ ਦੇ ਕਮਲੇ ਪੈਦਾ ਨਾ ਹੋਣ, ਤਾਂ ਕਿ ਹੋਰ ਇਸ ਤਰ੍ਹਾਂ ਦੀ ਬਿਮਾਰੀਆਂ ਸਾਡੇ ਸਾਹਮਣੇ ਨਾ ਹੋਣ, ਜਾਣਨ ਦੀ ਇਹ ਜ਼ਰੂਰਤ ਹੈਗੀ ਆ ਕਿ ਇਹਨਾਂ ਦੇ ਪਿੱਛੇ ਅਸਲ ਕਾਰਨ ਕੀ ਹੈ, ਜਿਸ ਕਰਕੇ ਕੋਈ ਬੈਕਟੀਰੀਆ ਕੋਈ ਜਰਾਸੀਮ ਇਸ ਸਰੀਰ ਦੇ ਵਿੱਚ ਪੈਦਾ ਹੁੰਦਾ ਅਤੇ ਸਾਨੂੰ ਲੱਗਦਾ ਵੀ ਸ਼ਾਇਦ ਬਿਮਾਰੀ ਦਾ ਕਾਰਨ ਉਹੀ ਹੋਏਗਾ। ਆਉਣ ਵਾਲੇ ਸਮੇਂ ਦੇ ਪ੍ਰੋਗਰਾਮਾਂ ਦੇ ਵਿੱਚ ਮੈਂ ਤੁਹਾਡੇ ਨਾਲ ਇਹ ਸਾਂਝਾ ਕਰਾਂਗਾ ਕਿ ਬੈਕਟੀਰੀਆ ਜਾਂ ਜਰਾਸੀਮ ਬਿਮਾਰੀਆਂ ਨੂੰ ਪੈਦਾ ਕਰਦੇ ਕਾਰਨ ਨਹੀਂ ਹਨ। ਇਹ ਬਹੁਤ ਬਾਅਦ ਵਿੱਚ ਆਉਣ ਵਾਲੀਆਂ ਚੀਜ਼ਾਂ ਹਨ ਜਿਹੜੀਆਂ ਸਰੀਰ ਵਿੱਚ ਆਉਂਦੀਆਂ ਹਨ, ਅਤੇ ਅਸੀਂ ਉਹਨਾਂ ਨੂੰ ਕਾਰਨ ਸਮਝ ਕੇ ਉਹਨਾਂ ਨੂੰ ਖਤਮ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਜਿਹੜੀ ਨਾਕਾਮਯਾਬ ਹੁੰਦੀ ਹੈ। ਔਰ ਵਾਰ ਵਾਰ ਤੁਸੀਂ ਵੇਖਦੇ ਹੋ ਡਿਸਪੈਂਸਰੀਆਂ 'ਚ ਡਾਕਟਰਾਂ ਕੋਲ ਇੱਕੋ ਹੀ ਤਰ੍ਹਾਂ ਦੀਆਂ ਬਿਮਾਰੀਆਂ ਇੱਕੋ ਹੀ ਤਰ੍ਹਾਂ ਦੀਆਂ ਨਿਸ਼ਾਨੀਆਂ ਲੈ ਕੇ ਅਸੀਂ ਵਾਰ ਵਾਰ ਜਾ ਰਹੇ ਹਾਂ, ਉਹੀ ਬਿਮਾਰੀਆਂ ਉਹੀ ਨਿਸ਼ਾਨੀਆਂ ਉਹੀ ਹਾਲਾਤ। ਅਤੇ ਬਹੁਤੀ ਵਾਰ ਆਮ ਤੌਰ 'ਤੇ ਮਰੀਜ਼ਾਂ ਨੂੰ ਇਹ ਕਹਿੰਦੇ ਸੁਣਿਆ ਜਾਂਦਾ, ਡਾਕਟਰ ਸਾਹਿਬ ਜਿਹੜੀ ਦਵਾਈ ਤੁਸੀਂ ਪਿੱਛੇ ਦਿੱਤੀ ਸੀ ਉਸਨੇ ਮੈਨੂੰ ਠੀਕ ਕਰ ਦਿੱਤਾ ਸੀਗਾ, 6 ਮਹੀਨੇ ਲੰਘ ਗਿਆ ਹੁਣ ਫਿਰ ਦੁਬਾਰਾ ਉਹੀ ਹੋ ਗਈ ਤਾਂ ਉਹੀ ਦਵਾਈ ਦੇ ਦਿਓ। ਇਹ ਸਾਡਾ ਰੂਟੀਨ ਬਣ ਗਿਆ ਹੈ, ਇਹ ਬਿਮਾਰੀ ਨੂੰ ਖਤਮ ਕਰਨ ਵਾਲਾ ਤਰੀਕਾਕਾਰ ਨਹੀਂ ਹੈ। ਔਰ ਸਾਨੂੰ ਜਾਣਨ ਦੀ ਜ਼ਰੂਰਤ ਇਹ ਹੈ ਕਿ ਉਹ ਐਸਾ ਕਿਹੜਾ ਤਰੀਕਾਕਾਰ ਆ ਜਿਸ ਦੇ ਰਾਹੀਂ ਅਸੀਂ ਇਸ ਚੀਜ਼ ਨੂੰ ਸਦਾ ਵਾਸਤੇ ਖਤਮ ਕਰ ਸਕਦੇ ਹਾਂ। ਸੋ ਕਿਉਂਕਿ ਅੱਜ ਦਾ ਸਮਾਂ ਮੇਰਾ ਬਹੁਤ ਘੱਟ ਰਹਿ ਗਿਆ, ਬਹੁਤ ਥੋੜ੍ਹੇ ਸਮੇਂ ਦੇ ਵਿੱਚ ਮੈਂ ਕੇਵਲ ਤੁਹਾਡੇ ਨਾਲ ਇਹੀ ਸਾਂਝ ਪਾਉਣੀ ਚਾਹੁੰਦਾ ਹਾਂ ਕਿ ਮੈਂ ਗੁਰਦੀਪ ਸਿੰਘ ਸੰਧੂ, ਤੁਹਾਡਾ ਹੋਮਿਓਪੈਥਿਕ ਕੰਸਲਟੈਂਟ, 1973 ਤੋਂ ਹੋਮਿਓਪੈਥਿਕ ਮੈਡੀਕਲ ਕਾਲਜਾਂ ਵਿੱਚ ਪੜ੍ਹਾਉਂਦਾ ਆ ਰਿਹਾ ਹਾਂ, ਸਿਧਾਂਤ ਦੀ ਵਿਆਖਿਆ ਜਾਣਦਾ ਹਾਂ, ਸਿਧਾਂਤ ਦੀ ਵਿਆਖਿਆ ਕਰਦਾ ਆ ਰਿਹਾ ਹਾਂ ਅਤੇ ਸਿਧਾਂਤ ਅਨੁਸਾਰ ਹੀ ਤੁਹਾਡੀਆਂ ਬਿਮਾਰੀਆਂ ਦੇ ਇਲਾਜ ਕਰਨ ਦੇ ਸਮਰੱਥ ਆਪਣੇ ਆਪ ਨੂੰ ਸਮਝਦਾ ਹਾਂ। ਔਰ ਮੇਰੀ ਉਸ ਕੋਸ਼ਿਸ਼ ਦਾ ਲਾਹਾ ਲੈਣ ਵਾਸਤੇ ਅਗਰ ਤੁਸੀਂ ਕਦੀ ਹੋਮਿਓਪੈਥਿਕ ਤਰੀਕੇ ਨੇ ਬਿਮਾਰੀਆਂ ਦਾ ਇਲਾਜ ਕਰਾਉਣਾ ਚਾਹੁੰਦੇ ਹੋ, ਜਦੋਂ ਇਲਾਜ ਕਰਾਉਂਦੇ ਕਰਾਉਂਦੇ ਉਹ ਥੱਕ ਗਏ ਹੋ ਅਤੇ ਕਮ ਸੇ ਕਮ ਇੱਕ ਤਰੀਕਾ ਇੱਕ ਮੌਕਾ ਹੋਮਿਓਪੈਥਿਕ ਨੂੰ ਦਿਓ ਅਤੇ ਤੁਸੀਂ ਕਾਲ ਕਰ ਸਕਦੇ ਹੋ 4086871899। ਮੇਰਾ ਈਮੇਲ ਐਡਰੈਸ ਹੈ homeomedicine@yahoo.com। ਕਿਸੇ ਵੀ ਵੇਲੇ ਈਮੇਲ ਕਰਕੇ ਜਾਂ ਫੋਨ 'ਤੇ ਵੀ ਤੁਸੀਂ ਮੇਰੇ ਨਾਲ ਡਿਸਕਸ ਕਰਕੇ ਅਪੁਆਇੰਟਮੈਂਟ ਵੀ ਬਣਾ ਸਕਦੇ ਹੋ ਅਤੇ ਕਿਸੇ ਬਿਮਾਰੀ ਵਾਸਤੇ ਈਮੇਲ ਰਾਹੀਂ ਵੀ ਆਪਣੇ ਸਵਾਲ ਦਾ ਜਵਾਬ ਮੇਰੇ ਕੋਲ ਲੈ ਸਕਦੇ ਹੋ ਤਾਂ ਕਿ ਤੁਸੀਂ ਜਾਣ ਸਕੋ ਕਿ ਅਸਲ ਬਿਮਾਰੀ ਦੇ ਪਿੱਛੇ ਕਾਰਨ ਕੀ ਹੈ ਅਤੇ ਉਹਦਾ ਹੱਲ ਅਸਲ ਵਿੱਚ ਕੀ ਹੋਣਾ ਚਾਹੀਦਾ ਹੈ, ਤਾਂ ਕਿ ਵਾਰ ਵਾਰ ਤੁਸੀਂ ਉਹਨਾਂ ਹੀ ਗੱਲਾਂ ਦੇ ਨਾਲ ਡਾਕਟਰਾਂ ਕੋਲ ਨਾ ਜਾਂਦੇ ਰਹੋ। ਇੱਕ ਚੀਜ਼ ਦਾ ਹੱਲ ਹੋਇਆ ਹੈ, ਠੀਕ ਹੈ, ਅੱਜ ਦੇ ਜਿਸ ਇਨਵਾਇਰਮੈਂਟ ਵਿੱਚ ਹੀ ਰਹਿ ਰਹੇ ਹਾਂ ਨਵੀਆਂ ਤੋਂ ਨਵੀਆਂ ਬਿਮਾਰੀਆਂ ਪੈਦਾ ਹੋ ਰਹੀਆਂ ਨੇ, ਪਰ ਜਿਹੜੀ ਬਿਮਾਰੀ ਆਈ ਹੈ ਕਮ ਸੇ ਕਮ ਉਹ ਤਾਂ ਪਰਮਾਨੈਂਟ ਠੀਕ ਹੋ ਜਾਏ ਨਾ। ਅਖੀਰ ਦੇ ਵਿੱਚ ਇਹੀ ਕਹਿਣਾ ਚਾਹਾਂਗੇ, ਤੁਹਾਡਾ ਸਾਰਿਆਂ ਦਾ ਰੱਬ ਰਾਖਾ, ਤੁਹਾਡੇ ਸਾਰਿਆਂ ਦੀ ਚੰਗੀ ਸਿਹਤ ਲਈ ਦੁਆ ਕਰਦਾ ਹਾਂ। ਸਤਿ ਸ਼੍ਰੀ ਅਕਾਲ, ਆਦਾਬ, ਨਮਸਕਾਰ।